ਦੋਸਤੋ ਨੱਚਦਾ ਪੰਜਾਬ ਯੂਥ ਵੈਲਫੇਅਰ ਕਲੱਬ ਇਹ ਸਿਰਫ ਇੱਕ ਕਲਚਰਲ ਕਲੱਬ ਨਹੀਂ, ਇਸ ਬਾਰੇ ਮੈਂ ਤੁਹਾਨੂੰ ਥੋੜ੍ਹਾ ਬਹੁਤਾ ਜਾਣਨਾ ਪਾਉਣਾ ਚਾਹੂੰਗਾ ਕਿ ਇਹ ਇੱਕ ਪਰਿਵਾਰ ਦਾ ਨਾਮ ਹੈ। ਇਹ ਪਰਿਵਾਰ ਕੋਈ ਸਾਲ, ਦੋ ਸਾਲ, ਪੰਜ ਸਾਲ, ਦਸ ਸਾਲ ਪੁਰਾਣਾ ਨਹੀਂ। ਇਹ ਪਰਿਵਾਰ 1983 ਦੇ ਵਿੱਚ ਸ਼ੁਰੂ ਹੋਇਆ ਸੀ। ਸਾਡੇ ਜੋ ਕਈ ਜਿਹੜੇ ਸਾਡੀ ਪੀੜ੍ਹੀ ਦੇ ਲੋਕ ਨੇ ਉਹਨਾਂ ਨੂੰ ਤਾਂ ਪਤਾ ਹੋਊਗਾ ਕਿ 1982-1982 ਦੇ ਵਿੱਚ ਦਿੱਲੀ ਵਿੱਚ ਏਸ਼ੀਅਨ ਗੇਮਸ ਹੋਈਆਂ ਸੀਗੀਆਂ। ਸਾਨੂੰ ਮਾਣ ਆ ਕਿ ਉਸ ਏਸ਼ੀਅਨ ਗੇਮਸ ਦੇ ਵਿੱਚ ਜਿਹੜੇ ਉਹਦੇ ਆਗਾਜ਼ ਤੇ ਕਲਚਰਲ ਪ੍ਰੋਗਰਾਮ ਪੇਸ਼ ਕੀਤਾ ਗਿਆ ਸੀ, ਜੋ ਪੰਜਾਬ ਦੇ ਗੱਭਰੂਆਂ ਨੇ ਉੱਥੇ ਭੰਗੜਾ ਪਾਇਆ ਸੀ, ਪੇਸ਼ਕਾਰੀ ਭੰਗੜੇ ਦੀ ਕੀਤੀ ਸੀ, ਉਹਦੇ ਵਿੱਚ ਸਾਡੇ ਕਲੱਬ ਦੇ ਪਹਿਲੇ ਪ੍ਰਧਾਨ ਸਰਦਾਰ ਮਹਿੰਦਰ ਸਿੰਘ ਨੇ ਪੰਜਾਬ ਨੂੰ ਰੀਪ੍ਰਜੈਂਟ ਕੀਤਾ ਸੀ। ਮੈਂ ਚਾਹੂੰਗਾ ਤੁਸੀਂ ਉਹਨਾਂ ਦੇ ਨਾਮ 'ਤੇ ਤਾੜੀ ਮਾਰੋ। ਇਹ ਸਾਡੇ ਕਲੱਬ ਦੇ ਜਿਨ੍ਹਾਂ ਨੇ ਇਸ ਕਲੱਬ ਨੂੰ ਅਸਟੈਬਲਿਸ਼ ਕੀਤਾ ਉਹ ਸਰਦਾਰ ਮਹਿੰਦਰ ਸਿੰਘ। ਇੱਕ ਵਾਰੀ ਖੜ੍ਹੇ ਹੋ ਕੇ ਪਲੀਜ਼ ਮੈਂ ਕਹੂੰਗਾ ਸਟੇਜ 'ਤੇ ਆ ਜਾਓ। ਇਸ ਤੋਂ ਬਾਅਦ ਇਹ ਆਪਣੇ ਪਰਿਵਾਰਕ ਰੁਝੇਵਿਆਂ ਕਰਕੇ ਜਾਂ ਪਰਿਵਾਰਕ ਕਾਰਨਾਂ ਕਰਕੇ ਬਾਹਰਲੇ ਮੁਲਕ ਲਈ ਚਲੇ ਗਏ ਅਤੇ ਉਸ ਤੋਂ ਬਾਅਦ ਇਸ ਕਲੱਬ ਨੂੰ 1984 ਦੇ ਵਿੱਚ ਸਰਦਾਰ ਅਵਤਾਰ ਸਿੰਘ ਨੇ ਸੰਭਾਲਿਆ, ਜੋ ਕਿ 1984 ਤੋਂ ਲੈ ਕੇ ਅੱਜ ਤੱਕ ਲਗਾਤਾਰ ਇਸ ਕਲੱਬ ਦੇ ਪ੍ਰਧਾਨ ਚੱਲੇ ਆ ਰਹੇ ਨੇ। ਔਰ ਇੱਕ ਅੱਜ ਕੱਲ੍ਹ ਜਿੱਥੇ ਪ੍ਰਧਾਨਗੀਆਂ ਦੀਆਂ ਲੜਾਈਆਂ ਗੁਰਦੁਆਰਿਆਂ ਤੱਕ ਚਲੀਆਂ ਗਈਆਂ, ਉਹ ਮੈਨੂੰ ਬੋਲ ਕੇ ਖੁਸ਼ੀ ਹੋਊਗੀ ਕਿ ਇੱਕ ਕਲਚਰਲ ਅਦਾਰੇ ਨੂੰ ਇਹਨਾਂ ਨੇ ਇੰਨੀ ਬਿਹਤਰ ਢੰਗ ਨਾਲ ਲੀਡ ਕੀਤਾ ਕਿ 1984 ਤੋਂ ਲੈ ਕੇ ਤਕਰੀਬਨ 37 ਸਾਲ ਤੱਕ ਇਸ ਕਲੱਬ ਦੇ ਇਕਲੌਤਾ ਪ੍ਰਧਾਨ ਸਰਦਾਰ ਅਵਤਾਰ ਸਿੰਘ। ਮੈਂ ਕਹੂੰਗਾ ਇੱਕ ਵਾਰੀ ਸਾਰੇ ਇਹਨਾਂ ਲਈ ਵੀ ਤਾੜੀਆਂ ਜ਼ਰੂਰ ਮਾਰੋ।
ਤਾੜੀ ਮਾਰਦੇ ਜੀ ਜ਼ੋਰਦਾਰ। ਸੋ ਬਹੁਤ ਬਹੁਤ ਧੰਨਵਾਦ।